ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਮੋਰਨਿੰਗ। ਅੱਜ ਦੀ ਸਵੇਰ ਸਾਡੀ ਐਤਵਾਰ ਦੀ ਸਵੇਰ ਵਧੀਆ ਹੋ ਰਹੀ ਹੈ, ਸਾਰੇ ਥੋੜ੍ਹੇ ਫ੍ਰੀ ਹੈ ਅਤੇ ਅਸੀਂ ਬਣਾਉਣ ਲੱਗੇ ਹਾਂ ਮੇਥੀ ਵਾਲੀਆਂ ਮੱਕੀ ਦੀਆਂ ਰੋਟੀਆਂ ਅਤੇ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਆ ਅਤੇ ਉਹਦੇ ਲਈ ਅਸੀਂ ਮੂਲੀਆਂ ਵੀ ਵਿੱਚ ਪਾਵਾਂਗੇ, ਮੂਲੀਆਂ ਦਾ ਜ਼ਰੂਰ ਕਰ ਰਹੀ ਹਾਂ। ਬਾਕੀ ਤੁਹਾਡਾ ਮੇਨ ਹੀਰੋ ਕੈਮਰੇ ਦੇ ਪਿੱਛੇ ਹੈ ਅਤੇ ਮੰਮੀ ਅੱਜ ਕੀ ਬਣਾਉਣਾ ਫਿਰ? ਅੱਜ ਆਪਾਂ ਬਣਾਉਣੀ ਆ ਮੇਥੇ ਮੂਲੀ ਵਾਲੀ ਰੋਟੀ ਮੱਕੀ। ਓਕੇ, ਇਹ ਸਾਰਿਆਂ ਦੀ ਫੇਵਰਿਟ ਹੈ ਨਾ ਘਰ 'ਚ। ਆ ਦਹੀਂ 'ਚ ਤੁਸੀਂ ਦੁੱਧ ਕਿਉਂ ਪਾਇਆ ਗਰਮ ਕਰਕੇ? ਦਹੀਂ ਪੂਰਾ ਕਰੋ, ਨਿੱਘਾ ਹੋ ਜਾਵੇ। ਦਿਖਾਈ ਹੁੰਦੀ? ਹਾਂ, ਜਦੋਂ ਆਪਾਂ ਦੁੱਧ ਦਹੀਂ ਵੈਸੇ ਵੀ ਗਾੜਾ ਬਹੁਤ ਸੀਗੀ ਅਤੇ ਫਰਿੱਜ 'ਚੋਂ ਕੱਢਿਆ ਸੀ, ਸਰਦੀਆਂ 'ਚ ਅਸੀਂ ਇੰਨਾ ਮਤਲਬ ਕਿ ਠੰਡਾ ਦੁੱਧ ਦਹੀਂ ਨਹੀਂ ਖਾਂਦੇ ਤਾਂ ਅਸੀਂ ਵਿੱਚ ਗਰਮ ਕਰਕੇ ਦੁੱਧ ਪਾ ਲਿਆ। ਆਲੂ ਵਾਲੀ ਪੂੜੀ ਚਿੱਟਾ ਕੁੱਕੜ ਬਨੇ ਤੇਰੇ ਉੱਤੇ ਮੈਂ ਮਰਦੀ ਲੱਖ ਦੀ ਲਾਨਤ ਮੇਰੇ ਤੇ ਤੇਰੇ ਉੱਤੇ ਮੈਂ ਮਰਦੀ ਲੱਖ ਦੀ। ਬੰਦ ਕਰ ਬਹੁਤ ਹੋ ਗਿਆ। ਵਿੱਚ ਪਾਈ ਮੂਲੀ, ਨਾਲ ਪਾਈ ਮੇਥੇ, ਹੁਣ ਅਸੀਂ ਇਹਨੂੰ ਮਿਕਸ ਕਰਾਂਗੇ। ਮੰਮੀ ਆਟਾ ਵੀ ਸਪੈਸ਼ਲ ਹੈ ਨਾ, ਮੱਕੀ ਦਾ ਪਿੰਡ ਤੋਂ ਆਇਆ। ਪਿੰਡ ਤੋਂ ਹੀ ਆਉਂਦੇ ਨੇ ਸਾਰੇ ਆਟੇ? ਨਹੀਂ ਮਤਲਬ ਇਹ ਬਹੁਤ ਵਧੀਆ ਮੱਕੀ ਹੈ। ਇਹਦੇ ਚ ਪਾਵਾਂਗੇ ਗਰਮ ਪਾਣੀ ਤਾਂ ਕਿ ਰੋਟੀ ਸੋਹਣੀ ਬਣ ਜਾਏ। ਕੱਲ ਬਣਾਈਆਂ ਸੀ ਨਾ ਮੱਕੀ ਦੀਆਂ ਰੋਟੀਆਂ, ਵਧੀਆ ਬਣੀਆਂ ਸੀ। ਲੋਹੀ ਤਿਆਰ ਹੈ, ਮੱਕੀ ਦੇ ਮੇਥੇ ਵਾਲੇ ਪਰੌਂਠੇ। ਮੱਕੀ ਦੀ ਮੇਥੀ ਵਾਲੀ ਰੋਟੀ। ਅਚਾਰ ਚੂਰ ਹੈਗਾ ਕੋਈ? ਲਈਏ ਨਾਲ ਨਿੰਬੂ ਦਾ ਅਚਾਰ। ਕਰੀਏ ਸ਼ੁਰੂ।
ਵਾਈ ਵਾ ਮਜ਼ਾ ਆ ਗਿਆ ਚਲੋ ਖਾਣੇ ਤੇ ਫਿਰ ਕਰਦੇ ਗੱਲ ਖਾਣੇ ਤੇ ਫਿਰ ਕਰਦੇ ਗੱਲ ਕਿੱਦਾਂ ਅਮੇਜ਼ਿੰਗ ਰੁਕੋ ਆਹਾਹਾ ਬੈਸਟ ਕੰਬੀਨੇਸ਼ਨ ਮੱਖਣ ਮੇਥੇ ਵਾਲੀ ਰੋਟੀ ਨਾਲ ਹਰੀ ਮਿਰਚ ਨਾਲ ਦਹੀਂ ਤੇ ਨਾਲ ਖਾਣ ਵਾਲੀ ਆਪਣੇ ਬਣਾਏ ਪਰੌਂਠੇ ਖਾ ਕੇ ਕਿੱਦਾਂ ਲੱਗਦਾ ਸਾਰਿਆਂ ਨੂੰ ਖਵਾ ਕੇ ਖਾਓ ਤੇ ਵਧੀਆ ਲੱਗਦਾ ਉਹ ਹੁੰਦਾ ਨਾ ਕਈ ਵਾਰੀ ਬੰਦੇ ਬਣਾ ਬਣਾਉਂਦੇ ਆਪਦਾ ਹੀ ਮਨ ਭਰ ਜਾਂਦਾ ਨਹੀਂ ਤੈਨੂੰ ਭੁੱਖ ਲੱਗੀ ਹੋਵੇ ਫਿਰ ਤਾਂ ਹੁੰਦਾ ਹੈ ਸੋ ਮਿੱਤਰੋ ਇਹ ਸੀਗਾ ਇੱਕ ਛੋਟਾ ਜਿਹਾ ਆਲੂ ਨਾ ਇਹ ਸੀਗਾ ਛੋਟਾ ਜਿਹਾ ਮੱਕੀ ਦੀ ਮੇਥੀ ਵਾਲੀ ਰੋਟੀ ਵਾਲਾ ਵਲੌਗ ਸੋ ਥੋੜ੍ਹੀ ਦੇਰ ਨੂੰ ਹੋ ਸਕਦਾ ਅਸੀਂ ਕਿਤੇ ਗੁਰਦੁਆਰੇ ਜਾਈਏ ਸੁਲਤਾਨਪੁਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਾਸਤੇ ਫੇਮਸ ਹੈ ਬੇਟ ਸਾਹਿਬ ਗੁਰਦੁਆਰਾ ਹੈ ਉੱਥੇ ਜਾਵਾਂਗੇ ਜੇ ਪ੍ਰੋਗਰਾਮ ਬਣਿਆ ਤਾਂ ਅਤੇ ਥੋੜ੍ਹੀ ਦੇਰ ਨੂੰ ਹਾਂ ਉਹਦੇ ਦਰਸ਼ਨ ਕਰਾਵਾਂਗੇ ਅਤੇ ਫਿਰ ਉਹ ਵਲੌਗ ਆਪਾਂ ਅਲੱਗ ਹੀ ਰੱਖਾਂਗੇ ਇਹ ਸੀਗਾ ਇੱਕ ਛੋਟਾ ਜਿਹਾ ਵਲੌਗ ਮੱਕੀ ਦੀ ਮੇਥੀ ਵਾਲੀ ਰੋਟੀ ਸੋ ਚਲੋ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਤੇ ਬਾਏ ਬਾਏ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਜੇ ਨਵੇਂ ਆ ਤਾਂ ਅਤੇ ਅਗੇਨ ਸਤਿ ਸ਼੍ਰੀ ਅਕਾਲ ਬਾਏ ਬਾਏ